ਪੰਜਾਂ ਤਖਤਾਂ ਵਿੱਚੋਂ ਇੱਕ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਤੁਸੀਂ ਸਾਰੇ ਜ਼ਰੂਰ ਗਏ ਹੋਵੋਗੇ ਜਾਂ ਜਾਣ ਦਾ ਮਨ ਹੋਏਗਾ। ਅੱਜ ਦੀ ਵੀਡੀਓ ਵਿੱਚ ਆਪਾਂ ਹਜ਼ੂਰ ਸਾਹਿਬ ਦੇ ਉਹਨਾਂ ਸਥਾਨਾਂ ਦੀ ਗੱਲ ਕਰਾਂਗੇ ਜਿੱਥੇ ਅਸੀਂ ਜਾਣੇ ਅਣਜਾਣੇ ਵਿੱਚ ਦਰਸ਼ਨ ਨਹੀਂ ਕਰ ਜਾਂਦੇ, ਜਿਵੇਂ ਇਹ ਸਥਾਨ ਜਿੱਥੇ ਸਰਬਲੋਕ ਗ੍ਰੰਥ ਦੀ ਸੰਪੂਰਨਤਾ ਹੋਈ ਸੀ, ਅਤੇ ਬਹੁਤਿਆਂ ਨੂੰ ਇਹ ਛੋਟੇ ਜਿਹੇ ਸਥਾਨ ਦਾ ਵੀ ਇਤਿਹਾਸ ਨਹੀਂ ਪਤਾ, ਅਤੇ ਇਹ ਸਥਾਨ ਜਿੱਥੇ ਉਹਨਾਂ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀ ਜੋ ਹਜ਼ੂਰ ਸਾਹਿਬ ਵਿਖੇ ਤੁਰਕਾਂ ਦੇ ਹਮਲੇ ਵਿੱਚ ਸ਼ਹੀਦ ਹੋ ਗਏ ਸੀ। ਇਸ ਤੋਂ ਇਲਾਵਾ 10 ਅਜਿਹੇ ਸਥਾਨ ਇਸ ਵੀਡੀਓ ਵਿੱਚ ਦਿਖਾਵਾਂਗੇ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਨਹੀਂ ਹੋਵੇਗਾ। ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਮੋਟੀਵੇਸ਼ਨ ਜ਼ਰੂਰ ਦਿਆ ਕਰੋ ਤਾਂ ਜੋ ਅਜਿਹੀਆਂ ਵੀਡੀਓ ਅਸੀਂ ਬਣਾਉਂਦੇ ਰਹੀਏ। ਹੁਣ ਚਲੋ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ। ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ 5 ਨੰਬਰ ਗੇਟ ਦੇ ਸਾਹਮਣੇ ਵਾਲੇ ਪਾਸੇ ਇੱਕ ਗਲੀ ਵਿੱਚ ਮੌਜੂਦ ਹੈ ਗੁਰਦੁਆਰਾ ਸ਼ਹੀਦ ਗੰਜ ਸਾਹਿਬ। ਗੁਰਦੁਆਰਾ ਸੰਗਤ ਸਾਹਿਬ ਨਾਲ ਇਸ ਗੁਰਦੁਆਰੇ ਸ਼ਹੀਦ ਗੰਜ ਸਾਹਿਬ ਦਾ ਇਤਿਹਾਸ ਜੋੜਿਆ ਜਾਂਦਾ ਹੈ। ਗੁਰਦੁਆਰਾ ਸੰਗਤ ਸਾਹਿਬ ਵੱਲ ਪਹਿਲਾਂ ਸਾਰੀ ਮੁਸਲਿਮ ਆਬਾਦੀ ਹੁੰਦੀ ਸੀ ਅਤੇ ਉਸ ਸਮੇਂ ਹਾਲਾਤ ਵੀ ਕੋਈ ਚੰਗੇ ਨਹੀਂ ਸੀ। ਕਹਿੰਦੇ ਹਨ ਕਿ ਜਦੋਂ ਕੋਈ ਸਿੰਘ ਸੰਗਤ ਸਾਹਿਬ ਗੁਰਦੁਆਰੇ ਵੱਲ ਜਾਂਦੇ ਸੀ ਉੱਥੇ ਸੇਵਾ ਕਰਨ ਵਾਸਤੇ ਤਾਂ ਉਹਨਾਂ ਨੂੰ ਉੱਥੇ ਸ਼ਹੀਦ ਕਰ ਦਿੱਤਾ ਜਾਂਦਾ ਸੀ। ਇੱਕ ਵਾਰ ਕਹਿੰਦੇ ਆ ਕਿ ਇਸੇ ਕਰਕੇ ਇੱਕ ਝੜਪ ਹੋਈ ਸੀ ਜਿਹਦੇ ਵਿੱਚ 40 ਸਿੰਘ ਸ਼ਹੀਦ ਹੋ ਗਏ ਸੀ। ਉਹਨਾਂ ਸਿੰਘਾਂ ਦਾ ਸੰਸਕਾਰ ਇੱਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਕੀਤਾ ਗਿਆ ਸੀ। ਇਹ ਜੋ ਸਿੰਘ ਸ਼ਹੀਦ ਹੋਏ ਸੀ ਇਹ ਭਾਈ ਰੂਪਾ ਸਿੰਘ ਬਾਗੜੀਆ ਪਰਿਵਾਰ ਵਿੱਚੋਂ ਸੀ। ਹਜ਼ੂਰ ਸਾਹਿਬ ਵਿਖੇ ਮੌਜੂਦ ਤੁਸੀਂ ਇਹ ਜਗ੍ਹਾ ਜਾਂ ਮੰਦਰ ਨੂੰ ਜ਼ਰੂਰ ਦੇਖਿਆ ਹੋਣਾ ਜਿੱਥੋਂ ਸਵੇਰੇ ਗਾਗਰ ਦੀ ਸੇਵਾ ਹੁੰਦੀ ਹੈ। ਉਸੇ ਜਗ੍ਹਾ ਗੋਦਾਵਰੀ ਦੇ ਕੰਢੇ ਇਹ ਇੱਕ ਛੋਟੀ ਬਿਲਡਿੰਗ ਹੈ। ਇਸ ਜਗ੍ਹਾ ਦਾ ਸੰਬੰਧ ਨਗੀਨਾ ਘਾਟ ਸਾਹਿਬ ਨਾਲ ਹੈ। ਨਗੀਨਾ ਘਾਟ ਵਿਖੇ ਤੁਸੀਂ ਉੱਥੇ ਦੇ ਇਤਿਹਾਸ ਵਿੱਚ ਪੜ੍ਹਿਆ ਜਾਂ ਸੁਣਿਆ ਹੋਵੇਗਾ ਕਿ ਉੱਥੇ ਇੱਕ ਵਣਜਾਰੇ ਨੇ ਗੁਰੂ ਸਾਹਿਬ ਨੂੰ ਇੱਕ ਨਗੀਨਾ ਭੇਟ ਕੀਤਾ ਸੀ। ਉਸ ਵਣਜਾਰੇ ਸਿੱਖ ਦਾ ਨਾਮ ਇਤਿਹਾਸ ਵਿੱਚ ਬਾਬਾ ਕਾਲੂ ਮਿਲਦਾ ਹੈ। ਜੇਕਰ ਹੁਣ ਇਸ ਬਿਲਡਿੰਗ ਉੱਪਰ ਦੇਖਿਆ ਜਾਏ ਤਾਂ ਅੱਜ ਕੱਲ੍ਹ ਇਸ ਜਗ੍ਹਾ ਜਾਂ ਬਿਲਡਿੰਗ ਉੱਪਰ ਲਿਖਿਆ ਹੈ ਸ਼੍ਰੀ ਸੰਤ ਕਾਲੂ ਬਾਬਾ ਲੁਬਾਣਾ ਸੰਪਰਦਾਇ ਮੰਦਿਰ ਨਾਂਦੇੜ। ਜੇਕਰ ਅੱਜ ਕੱਲ੍ਹ ਇੱਥੇ ਦੇਖਿਆ ਜਾਏ ਤਾਂ ਇਸ ਮੰਦਿਰ ਦੇ ਅੰਦਰ ਬਾਬਾ ਕਾਲੂ ਜੀ ਦੀ ਮੂਰਤੀ ਲੱਗੀ ਹੋਈ ਹੈ। ਅੱਜ ਵੀ ਜਦੋਂ ਵਣਜਾਰੇ ਸਿੱਖ ਹਜ਼ੂਰ ਸਾਹਿਬ ਦਰਸ਼ਨਾਂ ਲਈ ਆਉਂਦੇ ਹਨ ਤਾਂ ਉਹ ਇਹ ਜਗ੍ਹਾ 'ਤੇ ਜ਼ਰੂਰ ਮੱਥਾ ਟੇਕਣ ਆਉਂਦੇ ਆ। ਗੁਰਦੁਆਰਾ ਭਜਨਗੜ੍ਹ ਹਜ਼ੂਰ ਸਾਹਿਬ ਵਿਖੇ ਮੌਜੂਦ ਲੰਗਰ ਸਾਹਿਬ ਗੁਰਦੁਆਰੇ ਦੇ ਬਿਲਕੁਲ ਨਾਲ ਲੱਗਦਾ ਗੁਰੂ ਘਰ ਹੈ। ਇਸ ਸਥਾਨ ਨੂੰ ਸੰਤ ਬਾਬਾ ਅਤਰ ਸਿੰਘ ਜੀ ਅਤੇ ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਦਾ ਤਪ ਸਥਾਨ ਮੰਨਿਆ ਜਾਂਦਾ। ਇਹ ਜੋ ਚਿੱਟੀ ਬਿਲਡਿੰਗ ਤੁਹਾਡੀ ਸਕਰੀਨ 'ਤੇ ਦਿਖ ਰਹੀ ਆ, ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਬਿਲਕੁਲ ਨਾਲ ਜੋ ਇਹ ਇੱਟਾਂ ਦੀ ਬਿਲਡਿੰਗ ਹੈ ਇਸ ਨੂੰ ਪੁਜਾਰੀ ਬੁੰਗਾ ਕਿਹਾ ਜਾਂਦਾ ਹੈ। ਇਸ ਬੁੰਗੇ ਦੀ ਕਾਰਾਗਰੀ ਵੀ ਪੁਰਾਣੇ ਸਮਿਆਂ ਵਾਲੀ ਹੈ। ਕਿਸੇ ਸਮੇਂ ਇਹ ਬੁੰਗਾ 2 ਮੰਜ਼ਲੀ ਹੁੰਦਾ ਸੀ। ਹੁਣ ਮੌਜੂਦਾ ਸਮੇਂ ਇਸ ਦੀ ਹਾਲਤ ਥੋੜ੍ਹੀ ਮਾੜੀ ਹੈ। ਇਤਿਹਾਸਕਾਰਾਂ ਦੇ ਅਨੁਸਾਰ ਹਜ਼ੂਰ ਸਾਹਿਬ ਵਿੱਚ ਕਿਸੇ ਸਮੇਂ 24 ਤੋਂ 25 ਬੁੰਗੇ ਹੁੰਦੇ ਸੀ। ਇਹਨਾਂ ਵਿੱਚੋਂ ਬਹੁਤੇ ਬੁੰਗੇ ਹਜ਼ੂਰ ਸਾਹਿਬ ਸੱਚਖੰਡ ਵਾਲੇ ਪਾਸੇ ਸੀ ਅਤੇ ਬਾਕੀ ਲੰਗਰ ਸਾਹਿਬ ਗੁਰਦੁਆਰੇ ਵੱਲ। ਜੇਕਰ ਆਪਾਂ ਇਸ ਬੁੰਗੇ ਦੇ ਇਤਿਹਾਸ ਦੀ ਗੱਲ ਕਰੀਏ, ਉਸ ਸਮੇਂ ਜੋ ਹਜ਼ੂਰ ਸਾਹਿਬ ਦੇ ਜਥੇਦਾਰ ਗ੍ਰੰਥੀ ਜਾਂ ਪੁਜਾਰੀ ਹੁੰਦੇ ਸੀ ਉਹਨਾਂ ਦੀ ਇਹ ਬੁੰਗਾ ਰਿਹਾਇਸ਼ ਹੁੰਦੀ ਸੀ। ਇਹ ਬੁੰਗੇ ਤੋਂ ਹੀ ਤਿਆਰ ਹੋ ਕੇ ਉਹ ਤਖ਼ਤ ਸਾਹਿਬ ਦੀ ਸੇਵਾ ਲਈ ਜਾਇਆ ਕਰਦੇ ਸੀ। ਸੋ ਇਸ ਇਤਿਹਾਸਿਕ ਬੁੰਗੇ ਨੂੰ ਬਚਾਉਣ ਲਈ ਕੰਮ ਕਰਨ ਦੀ ਲੋੜ ਹੈ। ਜਦੋਂ ਅਸੀਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜਾਂਦੇ ਹਾਂ ਤਾਂ ਅਸੀਂ ਸਾਰੇ ਤਖ਼ਤ ਹਰਿਮੰਦਰ ਸਾਹਿਬ ਵਾਲੀ ਮੇਨ ਬਿਲਡਿੰਗ ਵਿੱਚ ਮੌਜੂਦ ਅੰਗੀਠਾ ਸਾਹਿਬ ਅਤੇ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਤੱਕ ਜ਼ਰੂਰ ਕਰਦੇ ਹਾਂ, ਪਰ ਇੱਥੇ ਹੀ ਮੌਜੂਦ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਜੋ 5 ਪਿਆਰਿਆਂ ਵਿੱਚੋਂ ਸੀ ਉਹਨਾਂ ਦਾ ਅੰਗੀਠਾ ਸਾਹਿਬ ਹੈ। ਬਹੁਤੀਆਂ ਸੰਗਤਾਂ ਇੱਥੇ ਦਰਸ਼ਨ ਕੀਤੇ ਬਿਨਾਂ ਹੀ ਮੁੜ ਆਉਂਦੀਆਂ ਹਨ। ਇਹ ਸਥਾਨ ਤਖ਼ਤ ਸਾਹਿਬ ਦੇ ਸੱਜੇ ਪਾਸੇ ਥੱਲੇ ਬਣਿਆ ਹੋਇਆ ਹੈ। ਇਸ ਸਥਾਨ ਦੇ ਅੰਦਰ ਕੁਝ ਪੁਰਾਣੇ ਸ਼ਸਤਰ ਅਤੇ ਤੋਪ ਵੀ ਹੈ। ਇਤਿਹਾਸਕਾਰਾਂ ਦੇ ਅਨੁਸਾਰ ਇਹ ਸਾਰੇ ਸ਼ਸਤਰ 40 ਮੁਕਤਿਆਂ ਦੇ ਹਨ ਜੋ ਖਿਦਰਾਣੇ ਦੀ ਜੰਗ ਵਿਖੇ ਸ਼ਹੀਦ ਹੋਏ ਸੀ। ਇਹ ਸਾਰੇ ਸ਼ਸਤਰ ਮਾਤਾ ਭਾਗ ਕੌਰ ਜੀ ਸ਼੍ਰੀ ਹਜ਼ੂਰ ਸਾਹਿਬ ਵਿਖੇ ਲੈ ਕੇ ਆਏ ਸੀ, ਜਿਨ੍ਹਾਂ ਨੂੰ ਸੰਗਤਾਂ ਮਾਈ ਭਾਗੋ ਜੀ ਦੇ ਨਾਮ ਨਾਲ ਜਾਣਦੀਆਂ ਹਨ।
ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਵਾਲਿਆਂ ਸਥਾਨ ਦੇ ਨਾਲ ਹੀ ਹੈ ਮਾਈ ਭਾਗੋ ਜੀ ਦਾ ਸਥਾਨ। ਮਾਤਾ ਭਾਗ ਕੌਰ ਜੀ ਇੱਥੇ ਨਾਮ ਸਿਮਰਨ ਜਪਿਆ ਕਰਦੇ ਸੀ। ਮਾਤਾ ਭਾਗੋ ਜੀ ਦੀ ਇੱਥੇ ਬੰਦੂਕ ਅਤੇ ਸ਼ਸਤਰ ਵੀ ਮੌਜੂਦ ਹੈ ਅਤੇ ਮਾਤਾ ਜੀ ਦੀ ਤਸਵੀਰ ਵੀ ਇੱਥੇ ਤੁਸੀਂ ਦੇਖ ਸਕਦੇ ਹੋ। ਇਤਿਹਾਸਕਾਰਾਂ ਅਨੁਸਾਰ ਮਾਤਾ ਭਾਗ ਕੌਰ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਪੰਜਾਬ ਤੋਂ ਨੰਦੇੜ ਤੱਕ ਬਾਕੀ ਸੰਗਤਾਂ ਅਤੇ ਸ਼ਰਧਾਲੂਆਂ ਨਾਲ ਆਏ ਸੀ। ਇਸ ਸਥਾਨ ਦੇ ਨਾਲ ਹੀ ਇੱਥੇ ਸ਼ਰਧਾਈ ਦਾ ਲੰਗਰ ਵੀ ਮੌਜੂਦ ਹੈ, ਸੋ ਤੁਸੀਂ ਵੀ ਜਦੋਂ ਇੱਥੇ ਜਾਓ ਤਾਂ ਇੱਥੇ ਦਰਸ਼ਨ ਜ਼ਰੂਰ ਕਰਕੇ ਆਇਓ। ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਜੋ ਚੁਗਿਰਦਾ ਹੈ ਇਸ ਦੇ ਵਿੱਚ ਇੱਕ ਇਤਿਹਾਸਿਕ ਬੌਲੀ ਹੈ ਜਿਸ ਦਾ ਸੰਬੰਧ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਦੱਸਿਆ ਜਾਂਦਾ ਹੈ। ਕਹਿੰਦੇ ਹਨ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਇਮਾਰਤ ਬਣਵਾਈ ਸੀ ਉਸ ਸਮੇਂ ਇੱਥੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਇਹ ਬੌਲੀ ਨੂੰ ਬਣਵਾਇਆ ਗਿਆ ਸੀ। ਅੱਜ ਤੱਕ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਰੋਜ਼ ਜਦੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਸਤੇ ਗੋਦਾਵਰੀ ਨਦੀ ਤੋਂ ਇੱਕ ਗਾਗਰ ਜਲਦੀ ਲਿਆਂਦੀ ਜਾਂਦੀ ਹੈ ਉਸ ਸਮੇਂ ਦੂਜੀ ਗਾਗਰ ਜਲਦੀ ਇਸ ਬੌਲੀ ਤੋਂ ਵੀ ਲਿਆਈ ਜਾਂਦੀ ਹੈ। ਅਸੀਂ ਇਹਨਾਂ ਇਤਿਹਾਸਿਕ ਥਾਵਾਂ ਨੂੰ ਅਕਸਰ ਅਣਦੇਖਾ ਕਰ ਦਿੰਦੇ ਹਾਂ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮੇਨ ਗੇਟ ਵਾਲੇ ਪਾਸੇ ਮੌਜੂਦ ਗੁਰਦੁਆਰਾ ਮਹਾਂ ਅਕਾਲ ਸਿੰਘ ਜੀ ਸ਼ਹੀਦਗੰਜ ਬਾਰੇ ਬਹੁਤ ਘੱਟ ਸੰਗਤਾਂ ਨੂੰ ਪਤਾ ਹੈ। ਇਸ ਸਥਾਨ ਦੇ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਇੱਥੇ ਇੱਕ ਮਹਾਂ ਅਕਾਲ ਸਿੰਘ ਜੀ ਨਾਮ ਦੇ ਨਿਹੰਗ ਸਿੰਘ ਹੁੰਦੇ ਸੀ ਜੋ ਪੰਜਾਬ ਵੱਲੋਂ ਤੁਰਦੇ ਹਨ ਅਤੇ ਰਾਜਪੁਤਾਣਿਆਂ ਤੋਂ ਨਜ਼ਰਾਨੇ ਲੈਂਦੇ ਹੋਏ ਇੱਥੇ ਹਜ਼ੂਰ ਸਾਹਿਬ ਪਹੁੰਚਦੇ ਆ। ਉਸ ਸਮੇਂ ਇਹਨਾਂ ਦੇ ਨਾਲ 6,000 ਤੋਂ ਵੀ ਵੱਧ ਸਿੰਘ ਸੀ। ਕੁਝ ਟਾਈਮ ਇਹ ਇੱਥੇ ਅਕਾਲ ਤਖ਼ਤ ਸਾਹਿਬ ਦੇ ਪੁਜਾਰੀ ਸਿੰਘ ਵੀ ਰਹੇ ਸੀ ਅਤੇ ਇੱਥੇ ਮੌਜੂਦ ਬੁੰਗਿਆਂ ਦੀ ਸੇਵਾ ਵੀ ਕਰਦੇ ਰਹੇ ਹਨ। ਫਿਰ 1799 ਈਸਵੀ ਵਿੱਚ ਤੁਰਕਾਂ ਵੱਲੋਂ ਹਜ਼ੂਰ ਸਾਹਿਬ ਉੱਪਰ ਹਮਲਾ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਮਹਾਂ ਅਕਾਲ ਸਿੰਘ ਜੀ ਅਤੇ ਬਾਕੀ 6,000 ਸਿੰਘਾਂ ਵੱਲੋਂ ਉਹਨਾਂ ਦਾ ਮੁਕਾਬਲਾ ਕੀਤਾ ਜਾਂਦਾ। ਇਸੇ ਹਮਲੇ ਦੌਰਾਨ ਮਹਾਂ ਅਕਾਲ ਸਿੰਘ ਜੀ ਅਤੇ ਬਾਕੀ ਸਿੰਘ ਸ਼ਹੀਦ ਹੋ ਜਾਂਦੇ ਆ। ਫਿਰ ਉਹਨਾਂ ਦਾ ਅੰਤਿਮ ਸੰਸਕਾਰ ਇਸ ਜਗ੍ਹਾ 'ਤੇ ਕੀਤਾ ਜਾਂਦਾ ਹੈ। ਅੱਜ ਕੱਲ੍ਹ ਇਸ ਸਥਾਨ ਨੂੰ ਸ਼ਹੀਦਗੰਜ ਦੇ ਨਾਮ ਨਾਲ ਜਾਣਿਆ ਜਾਂਦਾ। ਇਸ ਸਥਾਨ ਦਾ ਮਹਾਨ ਇਤਿਹਾਸ ਹੈ ਅਤੇ ਬਹੁਤੇ ਲੋਕ ਇਹ ਜਾਣਦੇ ਨਹੀਂ। ਹਜ਼ੂਰ ਸਾਹਿਬ ਜਾਣ ਵਾਲੀ ਸੰਗਤ ਨੇ ਗੁਰਦੁਆਰਾ ਨਗੀਨਾ ਘਾਟ ਦੇ ਦਰਸ਼ਨ ਜ਼ਰੂਰ ਕੀਤੇ ਹੋਣਗੇ ਪਰ ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਇਸ ਨੀਲੇ ਰੰਗ ਦੇ ਸਥਾਨ ਵੱਲ ਬਹੁਤੇ ਲੋਕ ਧਿਆਨ ਨਹੀਂ ਦਿੰਦੇ। ਇਸ ਛੋਟੇ ਜਿਹੇ ਸਥਾਨ ਉੱਤੇ ਲਿਖਿਆ ਹੈ ਸ਼ਹੀਦਗੰਜ ਸਾਹਿਬ। ਇਸ ਸਥਾਨ ਦੀ ਹਿਸਟਰੀ ਬਹੁਤਿਆਂ ਸੰਗਤਾਂ ਨੂੰ ਪਤਾ ਨਹੀਂ। ਇਹ ਗੱਲ ਹੈ 1880 ਦੀ। ਉਸ ਸਮੇਂ ਬਾਬਾ ਅਕਾਲ ਸਿੰਘ ਜੀ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸੀ। ਉਹਨਾਂ ਦਿਨਾਂ ਵਿੱਚ ਅੰਮ੍ਰਿਤ ਸੰਚਾਰ ਸਿਰਫ ਤਖ਼ਤ ਸਾਹਿਬ 'ਤੇ ਹੀ ਹੁੰਦਾ ਸੀ। ਉਹਨਾਂ ਦਿਨਾਂ ਵਿੱਚ ਬੁੱਢਾ ਦਲ ਤੋਂ ਬਾਬਾ ਪ੍ਰਹਿਲਾਦ ਸਿੰਘ ਜੀ ਦਾ ਦਲ ਇੱਥੇ ਉਤਰਦਾ ਹੈ। ਇਸ ਜਥੇ ਨੇ ਵੀ ਇੱਥੇ ਅੰਮ੍ਰਿਤ ਸੰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਤਖ਼ਤ ਸਾਹਿਬ ਵਿਖੇ ਇੱਕ ਮੀਟਿੰਗ ਬੁਲਾਈ ਜਾਂਦੀ ਆ। ਇਸ ਮੀਟਿੰਗ ਵਿੱਚੋਂ 5 ਸਿੰਘ ਬੁੱਢਾ ਦਲ ਦੇ ਨਾਲ ਸਲਾਹ ਮਸ਼ਵਰਾ ਕਰਨ ਲਈ ਆਉਂਦੇ ਆ। ਉਸ ਸਮੇਂ ਸਾਰੇ ਸਿੰਘ ਸ਼ਸਤਰਧਾਰੀ ਹੁੰਦੇ ਸੀ। ਇਸ ਕਰਕੇ ਕਿਸੇ ਨੇ ਬਾਬਾ ਪ੍ਰਹਿਲਾਦ ਸਿੰਘ ਨੂੰ ਕਹਿ ਦਿੱਤਾ ਕਿ ਇਹ 5 ਸਿੰਘ ਤੁਹਾਡੇ ਉੱਤੇ ਚੜ੍ਹ ਕੇ ਆ ਰਹੇ ਆ, ਮਤਲਬ ਤੁਹਾਡੇ 'ਤੇ ਹਮਲਾ ਕਰਨ ਆ ਰਹੇ ਆ। ਪਰ ਅਸਲ ਵਿੱਚ ਤਾਂ ਇਹ ਸਿੰਘ ਕੇਵਲ ਸਲਾਹ ਮਸ਼ਵਰਾ ਕਰਨ ਲਈ ਆ ਰਹੇ ਸੀ। ਸੋ ਬੁੱਢਾ ਦਲ ਦੇ ਸਿੰਘਾਂ ਨੇ ਵੀ ਸ਼ਸਤਰ ਚੱਕ ਲਏ। ਇਸ ਗਲਤ ਫਹਿਮੀ ਦੇ ਕਾਰਨ ਇੱਥੇ ਸਿੰਘਾਂ ਦੀ ਆਪਸ ਵਿੱਚ ਝੜਪ ਹੋ ਜਾਂਦੀ ਹੈ, ਜਿਸ ਵਿੱਚ ਦੋਵੇਂ ਧਿਰਾਂ ਦੇ ਜਥੇਦਾਰ ਹੈੱਡ ਗ੍ਰੰਥੀ ਬਾਬਾ ਆਲਾ ਸਿੰਘ ਜੀ ਅਤੇ ਬੁੱਢਾ ਦਲ ਦੇ ਬਾਬਾ ਪ੍ਰਹਿਲਾਦ ਸਿੰਘ ਜੀ ਦੋਵੇਂ ਸਾਂਝੇ ਵਾਰਾਂ ਦੇ ਨਾਲ ਬਹੁਤ ਗੰਭੀਰ ਜ਼ਖਮੀ ਹੋ ਜਾਂਦੇ। ਫਿਰ ਇਹਨਾਂ ਦੋਹਾਂ ਨੂੰ ਜ਼ਖਮੀ ਹਾਲਾਤ ਵਿੱਚ ਹੀ ਤਖ਼ਤ ਸਾਹਿਬ ਵਿਖੇ ਲਿਆਇਆ ਜਾਂਦਾ, ਜਿੱਥੇ ਮਾਈ ਭਾਗੋ ਜੀ ਵਾਲਾ ਬੁੰਗਾ ਹੈ ਉੱਥੇ ਦੋਹੇ ਜਥੇਦਾਰਾਂ ਨੇ ਆਪਣੇ ਸਰੀਰ ਤਿਆਗ ਦਿੱਤੇ। ਬਾਅਦ ਵਿੱਚ ਇਸ ਸਥਾਨ 'ਤੇ ਦੋਹਾਂ ਦਾ ਸੰਸਕਾਰ ਕੀਤਾ ਗਿਆ ਸੀ। ਉਸ ਦਿਨ ਤੋਂ ਹੀ ਇਸ ਸਥਾਨ ਨੂੰ ਸ਼ਹੀਦਗੰਜ ਦੇ ਨਾਂ ਨਾਲ ਜਾਣਿਆ ਜਾਂਦਾ। ਤੁਹਾਡੀ ਜਾਣਕਾਰੀ ਲਈ ਇਹ ਗੱਲ ਵੀ ਦੱਸ ਦਈਏ ਕਿ ਜਦੋਂ ਸੰਸਕਾਰ ਤੋਂ ਬਾਅਦ ਫਿਰ ਸਲਾਹ ਮਸ਼ਵਰਾ ਕਰਾਇਆ ਗਿਆ ਤਾਂ ਬੁੱਢਾ ਦਲ ਨੇ ਉਸ ਸਮੇਂ ਮੰਗ ਕੀਤੀ ਸੀ ਕਿ ਬਾਬਾ ਆਲਾ ਸਿੰਘ ਜੀ ਦਾ ਜੋ ਇੱਕੋ ਇੱਕ ਪੁੱਤਰ ਹੈ ਬਾਬਾ ਹਜ਼ੂਰਾ ਸਿੰਘ ਉਹ ਬੁੱਢਾ ਦਲ ਨੂੰ ਦੇ ਦਿੱਤਾ ਜਾਏ। ਫਿਰ ਇਸ ਤਰ੍ਹਾਂ ਹਜ਼ੂਰਾ ਸਿੰਘ ਨੂੰ ਬੁੱਢਾ ਦਲ ਵਾਲੇ ਆਪਣੇ ਨਾਲ ਪੰਜਾਬ ਲਿਆਏ। ਪੰਜਾਬ ਵਿੱਚ ਫਿਰ ਇਸ ਤਰ੍ਹਾਂ ਉਹਨਾਂ ਨੇ ਸਾਰੀ ਸਿੱਖਿਆ ਲਈ। ਫਿਰ ਬਾਅਦ ਵਿੱਚ ਹਜ਼ੂਰ ਸਾਹਿਬ ਵਾਪਸ ਆ ਕੇ ਇੱਥੇ ਹੈੱਡ ਗ੍ਰੰਥੀ ਬਣੇ ਅਤੇ ਫਿਰ 62 ਸਾਲ ਤੱਕ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾਈਆਂ।
ਗੁਰਦੁਆਰਾ ਨਗੀਨਾ ਘਾਟ ਤੋਂ ਜਦੋਂ ਤੁਸੀਂ ਬੰਦਾ ਘਾਟ ਵੱਲ ਜਾਂਦੇ ਹੋ ਤਾਂ ਇੱਥੇ ਇੱਕ ਬੁੱਢਾ ਦਲ ਦੀ ਛਾਉਣੀ ਆਉਂਦੀ ਹੈ। ਇੱਥੇ ਤੁਸੀਂ ਲਿਖਿਆ ਹੋਇਆ ਵੀ ਦੇਖ ਸਕਦੇ ਹੋ ਇਤਿਹਾਸਿਕ ਬੁੰਗਾ ਸਰਬਲੋ। ਇਤਿਹਾਸਕਾਰਾਂ ਅਨੁਸਾਰ ਇਸੇ ਹੀ ਸਥਾਨ 'ਤੇ ਸਰਬਲੋ ਗ੍ਰੰਥ ਦੀ ਸੰਪੂਰਨਤਾ ਹੋਈ ਸੀ। ਅਕਾਲੀ ਕੌਰ ਸਿੰਘ ਜੀ ਦੀ ਲਿਖੀ ਕਿਤਾਬ ਹਜ਼ੂਰੀ ਸਾਥੀ ਵਿੱਚ ਵੀ ਇਸ ਦਾ ਜ਼ਿਕਰ ਮਿਲਦਾ। ਇਹ ਸਥਾਨ ਗੁਰਦੁਆਰਾ ਲੰਗਰ ਸਾਹਿਬ ਦੇ ਪਿਛਲੇ ਪਾਸੇ ਹੈ। ਇੱਥੇ ਹੀ ਇੱਕ ਪੁਰਾਤਨ ਬਿਲਡਿੰਗ ਵੀ ਮੌਜੂਦ ਹੈ। ਇਸ ਨੂੰ ਕਹਿੰਦੇ ਆ ਕਿ ਹੈਦਰਾਬਾਦ ਦੇ ਨਿਜ਼ਾਮ ਨੇ ਬਣਵਾਇਆ ਸੀ। ਕਿਸੇ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਇੱਥੇ ਹੀ ਹੁੰਦਾ ਸੀ। ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਹਜ਼ੂਰ ਸਾਹਿਬ ਵਿਖੇ ਮੌਜੂਦ ਉਹ ਥਾਂ ਹੈ ਜਿੱਥੇ ਪੰਜਾਬ ਤੋਂ ਜਾਣ ਵਾਲੀ ਲਗਭਗ ਸਾਰੀ ਸੰਗਤ ਠਹਿਰਦੀ ਹੈ, ਕਿਉਂਕਿ ਇਸ ਦੇ ਆਲੇ ਦੁਆਲੇ ਅਨੇਕਾਂ ਹੀ ਸਰਾਵਾਂ ਹਨ। ਇਸ ਗੁਰੂ ਘਰ ਦਾ ਸੰਬੰਧ ਬਾਬਾ ਨਿਧਾਨ ਸਿੰਘ ਜੀ ਹੁਣਾਂ ਨਾਲ ਹੈ। ਇਸ ਥਾਂ ਦੇ ਨਾਲ ਹੀ ਬਾਬਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੇ ਗਏ ਵਰ ਖੀਸਾ ਮੇਰਾ ਹੱਥ ਤੇਰਾ ਦਾ ਵੀ ਸੰਬੰਧ ਹੈ। ਉਸ ਸਮੇਂ ਤੋਂ ਹੀ ਬਿਨਾਂ ਰੁਕੇ ਲਗਾਤਾਰ 24 ਘੰਟੇ ਲੰਗਰ ਦੀਆਂ ਸੇਵਾਵਾਂ ਨਿਰੰਤਰ ਚੱਲਦੀਆਂ ਰਹੀਆਂ ਹਨ। ਇਸ ਗੁਰੂ ਘਰ ਨਾਲ ਸੰਬੰਧਿਤ ਕਈ ਸਾਰੀਆਂ ਸੱਚੀਆਂ ਇਤਿਹਾਸਿਕ ਚਮਤਕਾਰੀ ਘਟਨਾਵਾਂ ਦਾ ਵੀ ਜ਼ਿਕਰ ਮਿਲਦਾ ਹੈ, ਜਿਸ ਬਾਰੇ ਇੱਕ ਅਲੱਗ ਤੋਂ ਵੀਡੀਓ ਬਣ ਸਕਦੀ ਹੈ। ਜੇਕਰ ਤੁਸੀਂ ਉਹ ਵੀ ਜਾਣਨਾ ਚਾਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ, ਆਪਾਂ ਉਸ 'ਤੇ ਵੀ ਇੱਕ ਅਲੱਗ ਤੋਂ ਵੀਡੀਓ ਬਣਾ ਦੇਵਾਂਗੇ। ਉਮੀਦ ਹੈ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਵੀਡੀਓ ਚੰਗੀ ਲੱਗੇ ਤਾਂ ਆਪਣੇ ਕੀਮਤੀ ਸੁਝਾਅ ਕਮੈਂਟ ਵਿੱਚ ਜ਼ਰੂਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਧੰਨਵਾਦ।